ਮੇਰੇ ਲਜਪਾਲ ਨਬੀ ਦੇ ਪਿਆਰੇ ਗੁਲਾਮੋ ਸਾਨੂੰ ਅਲਹਮਦੁਲਿਲਾ ਹੱਕ ਦਿੱਤਾ ਏ, ਹੱਕ ਮਿਲਿਆ ਏ, ਸਾਨੂੰ ਦੀਨ ਨੇ ਹੱਕ ਦਿੱਤਾ। ਅਸਾਂ ਆਖਨੇ ਆ ਬਦਮਾਸ਼ੋ ਬਦਕਾਰੋ ਲੰਡੇ ਦੇ ਅੰਗਰੇਜ਼ੋ, ਜਿਹੜੀ ਬੀਬੀ ਮਾਰਕੀਟ ਚੌਂਕਾਂ ਤੇ ਆ ਕੇ ਆਉਂਦੀ ਏ, ਮੈਂ ਆਜ਼ਾਦੀ ਲੈਣੀ ਆ ਭਾਈ ਕੋਲੋਂ ਆਜ਼ਾਦੀ, ਪਿਓ ਕੋਲ ਆਜ਼ਾਦੀ, ਮਾਂ ਕੋਲ ਆਜ਼ਾਦੀ, ਫਲਾਂ ਕੋਲ ਆਜ਼ਾਦੀ। ਅੱਲਾਹ ਤੇਰਾ ਸ਼ੁਕਰ ਏ, ਅਸਾਂ ਔਲਾਦ ਨੂੰ ਹਲਾਲ ਖਵਾਇਆ ਏ, ਕਿ ਮੇਰੀ ਧੀ ਭੈਣ ਆਖਦੀ ਏ ਤੇਰੀ ਇੱਜ਼ਤ ਮੇਰਾ ਆਪਾ ਪਾਏ, ਮੇਰਾ ਤਹਫ਼ੁਜ਼ ਮੇਰਾ ਬਾਬਾ ਏ, ਮੇਰੀ ਗੈਰਤ ਮੇਰਾ ਵੀਰ ਏ, ਮੇਰੀ ਇੱਜ਼ਤ ਮੇਰਾ ਸ਼ੌਹਰ ਏ। ਉਹਨੂੰ ਪਤਾ ਏ ਮਰਦ ਨਾਲ ਮੇਰੀ ਇੱਜ਼ਤ ਏ, ਜਿਹੜੀ ਮਰਦ ਨੂੰ ਕ੍ਰਿਟੀਸਾਈਜ਼ ਕਰਦੀ ਏ ਉਹਦੇ ਕਮੀਨੀ ਹੋਣ ਦੀ ਹੋਰ ਕਿਹੜੀ ਮਿਸਾਲ ਹੋ ਸਕਦੀ ਏ। ਉਹ ਸਭ ਤੋਂ ਪਹਿਲੇ ਉਹ ਕਮੀਨੀ ਔਰਤ ਪਿਓ ਨੂੰ ਪਈ ਪੁਣਦੀ ਏ, ਜਿਹੜੀ ਪਿਓ ਨੂੰ ਪੁਣੇ, ਜਿਹੜੀ ਵੀਰ ਨੂੰ ਪੁਣੇ, ਜਿਹੜੀ ਸ਼ੌਹਰ ਨੂੰ ਪੁਣੇ, ਫਿਰ ਸਮਝ ਲੈਣਾ ਉਹ ਫਿਰ ਮਾਸਰੇ ਦੀ ਗੰਦੀ ਬੇਹਯਾ ਬਦਕਾਰ ਏ। ਲੇਕਿਨ ਜਦੋਂ ਅਸਾਂ ਕੁਰਾਨ ਦੀ ਲੋਰੀ ਦਿਆਂਗੇ, ਜਦੋਂ ਅਸਾਂ ਨਬੀ ਦੀ ਨਾਤ ਦੀ ਲੋਰੀ ਦਿਆਂਗੇ, ਫਿਰ ਤੇਰੇ ਮੇਰੇ ਘਰ ਵਿੱਚ ਮਾਰਵੇ ਸੂਰ ਮਦ ਜੈਸੀਆਂ ਬਦਕਾਰ ਨਹੀਂ ਜੰਮਣਗੀਆਂ। ਫਿਰ ਸੈਯਦਾ ਫਾਤਿਮਾ ਮਖਦੂਮਾ ਏ ਕੋਨੈਨ ਦੀਆਂ ਤਾਬੇਦਾਰ। ਇਸ ਵਾਸਤੇ ਜ਼ਰੂਰੀ ਹੈ, ਕੁਝ ਬੰਦੇ ਆਂਦੇ ਨੇ ਇਹ ਜਨਾਬ ਪੇਂਡੂ ਮਿਜ਼ਾਜ ਨੇ, ਅੱਲਾ ਦਾ ਸ਼ੁਕਰ ਹੈ ਅਸਾਂ ਪੇਂਡੂ ਹੈ। ਨਿਊਯਾਰਕ ਤੋਂ ਤਾਂ ਨਹੀਂ ਗਏ, ਨਾਲ ਹੀ ਤੁਹਾਡੀ ਜ਼ੁਬਾਨ ਲਾਹੌਲੀ ਹੋ ਗਈ। ਮਤਲਬ ਮਿਜ਼ਾਜ ਕੀ ਹੈ ਤੁਸਾਂ ਦੱਸੋ। ਜੇ ਮੇਰੀ ਮਾਂ ਅਨਪੜ੍ਹ ਹੋਵੇ ਤੇ ਬਾਜ਼ਾਰ ਚ ਸੜਕ ਤੇ ਘਰ ਚ ਚੱਲਦਿਆਂ ਉਹਦਾ ਦੁਪੱਟਾ ਨਾ ਉਤਰੇ, ਤੇ ਜੇ ਮੇਰੀ ਧੀ ਹੋਵੇ ਕੁਆਲੀਫਾਈਡ ਤੇ ਉਹਦਾ ਦੁਪੱਟਾ ਸਿਰ ਤੇ ਰੁਕੇ ਨਾ, ਫਿਰ ਦੱਸਾਂ ਮੈਂ ਤਾਲੀਮ ਤੇ ਲਾਨਤ ਨਾ ਭੇਜਾਂ ਤੇ ਕੀ ਕਰਾਂ। ਜਿਹੜੀ ਤਾਲੀਮ ਮੇਰੀ ਧੀ ਤੂੰ ਤਾਜ਼ੀਬ ਛੀਨੇ, ਮੇਰੀ ਬੇਟੀ ਤੂੰ ਦੁਪੱਟਾ ਛੀਨੇ, ਜਿਹੜੀ ਤਾਲੀਮ ਮੇਰੀ ਬੇਟੀ ਭੈਣ ਨੂੰ ਬੇਆਬਰੂ ਕਰੇ ਉਹ ਤਾਲੀਮ ਨਹੀਂ ਹੈ, ਬੇਹਯਾਈ ਹੈ, ਬਦਕਾਰੀ ਹੈ। ਲੇਕਿਨ ਤਾਲੀਮ ਦਾ ਤਸੱਵਰ ਖਰਾਬ ਉਦੋਂ ਹੁੰਦਾ ਹੈ ਜਦੋਂ ਅੰਮਾ ਨੂੰ ਡਰਾਮੇ ਵੇਖਣ ਤੋਂ ਫੁਰਸਤ ਨਾ ਹੋਵੇ, ਅੱਬਾ ਵਿਚਾਰਾ ਮਜ਼ਦੂਰੀ ਵਿੱਚ ਮਸਰੂਫ ਹੋਵੇ, ਅੰਮਾ ਵਿਚਾਰੀ ਲਾਲੀਵੁੱਡ ਦੀਆਂ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਮਸਰੂਫ ਹੋਵੇ। ਜਦੋਂ ਅੰਮਾ ਰਾਤ ਨੂੰ ਡਰਾਮਾ ਤੇ ਫਿਲਮ ਵੇਖਣ ਵਾਲੀ ਹੋਵੇ, ਫਿਰ ਧੀ ਸੁਬਹ ਉੱਠ ਕੇ ਕੁਰਾਨ ਪੜ੍ਹਨ ਵਾਲੀ ਨਹੀਂ ਹੋ ਸਕਦੀ। ਜਦੋਂ ਬਾਪ ਬੇਟਾ ਭਾਈ, ਜਦੋਂ ਸ਼ਰੀਫ ਜ਼ਾਦੀਆਂ ਦੀਆਂ ਲੋਕਾਂ ਦੀਆਂ ਇੱਜ਼ਤਾਂ ਤਾੜਦੇ ਹੋਵੇ, ਜਦੋਂ ਹਰ ਆਵਣ ਜਾਵਣ ਵਾਲੀ ਭੈਣ ਬੇਟੀ ਦੇ ਜਦੋਂ ਗੰਦੀ ਨਜ਼ਰ ਰੱਖਾਂਗੇ, ਫਿਰ ਬਹਿ ਕੇ ਰੋਵਾਂਗੇ ਬੇਟੀਆਂ ਦੀਆਂ ਇੱਜ਼ਤਾਂ ਨਹੀਂ ਪਈਆਂ ਬਚਦੀਆਂ। ਆਓ ਨਬੀ ਦੇ ਗੁਲਾਮੋ, ਆਪਣੇ ਬੱਚਿਆਂ ਬੱਚਿਆਂ ਨੂੰ ਦੀਨ ਦੀ ਲੋਰੀ, ਨਬੀ ਦੇ ਕੁਰਾਨ ਦੀ ਲੋਰੀ ਦੇ ਕੇ ਆਪਣੇ ਬੱਚਿਆਂ ਨੂੰ ਦੱਸੀਏ, ਬੇਟਾ ਜਦੋਂ ਮਾਸਰੇ ਵਿੱਚ ਤੁਰੋਗੇ ਕਿਸੇ ਦੀ ਬੇਟੀ ਭੈਣ ਤੇ ਨਜ਼ਰ ਪਵੇ, ਆਪਣੇ ਘਰ ਬੈਠੀ ਭੈਣ ਬੇਟੀ ਨੂੰ ਯਾਦ ਰੱਖ ਲੈਣਾ। ਜਦੋਂ ਤੇਰੀ ਨਿਗਾਹ ਵਿੱਚੋਂ ਲੋਕਾਂ ਦੀਆਂ ਧੀਆਂ ਬਚ ਜਾਵਣਗੀਆਂ, ਫਿਰ ਤੇਰੀਆਂ ਮੇਰੀਆਂ ਧੀਆਂ ਬਦਮਾਸ਼ਾਂ ਦੀਆਂ ਨਜ਼ਰਾਂ ਤੋਂ ਵੀ ਕੁਦਰਤ ਬਚਾ ਲਵੇਗੀ। ਇਹ ਹੈ ਦੀਨ ਮੁਸਤਫਾ। ਲੇਕਿਨ ਆਓ ਇੱਕ ਪਾਸੇ ਐਸੀ ਲਿਬਰਲ ਔਰ ਸੈਕੂਲਰ ਪੂਰੀ ਫੌਜ ਜ਼ਫਰ ਮੌਜ ਹੈ, ਜਿਹਦੇ ਉੱਤੇ ਬਕਾਇਦਾ ਤੌਰ ਤੇ ਸਰਕਾਰੀ ਇਦਾਰਿਆਂ ਦੀ ਸਰਪ੍ਰਸਤੀ ਹੈ। ਜਦੋਂ ਇਸ ਮਾਸਰੇ ਵਿੱਚ ਸ਼੍ਰੀ ਰਹਿਮਾਨ ਤੇ ਸ਼੍ਰੀ ਮਜ਼ਾਰੀ ਜੈਸੀਆਂ ਟਰੈਕਟਰ ਟਰਾਲੀਆਂ ਬਕੌਰ ਖਾਜਾ ਆਸਿਫ ਦੇ ਤੇ ਮੇਰੇ ਬਕੌਲ ਪੂਰੇ ਪੂਰੇ ਡੰਪਰ ਬਦਕਾਰੀ ਦੇ ਮੁਜੱਸਮੇ, ਗਲਾਸਤ ਦੇ ਪੂਰੇ ਪੂਰੇ ਢੇਰ, ਜਦੋਂ ਲੀਡਰ ਬਣ ਕੇ ਅਸੈਂਬਲੀਆਂ ਵਿੱਚ ਬੈਠਣਗੀਆਂ ਸ਼੍ਰੀ ਮਜ਼ਾਰੀ ਤੇ ਸ਼੍ਰੀ ਰਮਾਨ ਜੈਸੀਆਂ ਕਮੀਨੀਆਂ ਔਰਤਾਂ, ਖਟੀਆਂ ਮਾਵਾਂ ਦੀ ਤਰਬੀਅਤ ਯਾਫਤਾ ਇਹ ਬਦਕਾਰੀ ਦੇ ਅੱਡੇ ਚਲਾਵਣ ਵਾਲੀਆਂ, ਜਦੋਂ ਪਾਰਲੀਮੈਂਟ ਚ ਬਿਠਾਵਾਂਗੇ ਫਿਰ ਬਹਿ ਕੇ ਰੋਵਾਂਗੇ, ਫਿਰ ਪਰੇਸ਼ਾਨ ਮੁਸਤਰਬ ਹੋਵਾਂਗੇ, ਫਿਰ ਸਰਕਾਰੀ ਟਰਾਂਸਪੋਰਟ ਦੇ ਉੱਤੇ ਨੱਚਣ ਗਾਵਣ ਵਾਲੀਆਂ ਨੂੰ ਕਤਬੇ ਪਕੜਾ ਕੇ ਚੌਕਾਂ ਵਿੱਚ ਖੜਾ ਕੀਤਾ ਜਾਏਗਾ। ਉਹ ਫਿਰ ਆਖਣਗੀਆਂ ਓਬਾਸ਼ ਔਰਤਾਂ, ਭਾਈ ਤੂੰ ਆਜ਼ਾਦੀ, ਪਿਓ ਤੂੰ ਆਜ਼ਾਦੀ, ਪੁੱਤਰ ਤੂੰ ਆਜ਼ਾਦੀ। ਆ ਨਬੀ ਦੇ ਗੁਲਾਮੋ,
मैं दसा औरत नु की मंगना चाहिदा है। ओ मेरी बहन मंगनी है ते इज्जत मांग, मंगनी है ते जनाब दुपट्टा मांग, मंगनी है ते अपनी विरासत मांग, मंगना चाहनी है ते हकूक मांग, मंगना चाहनी है ते हक मार मांग, मंगना चाहनी है इत्मीनान ते तस्कीन मंगना चाहनी है। आ तेनु दसने अब दसना चाहने आ ओ तेनु मुहम्मद पाक दे मुसल्ले ते लभनी है और सैयदा ज़हरा दी नौकरी विच लभनी है।